ਨਾ ਝੰਡਾ ਤੇ ਨਾ ਡੰਡਾ ਖਤਮ ਹੋਣਾ, ਤੈਨੂੰ ਕੇਟਲੀ ਫੜਾਵਾਂਗੇ ਤੇ ਬੰਦੇ ਦਾ ਪੁੱਤ ਬਣਾਵਾਂਗੇ। ਇਹ ਜਿਹੜੇ ਖੁਰਸੀ ਦੇ ਯਾਰ ਝੰਡੀ ਆਪਣੇ ਝੰਡੀਆਂ ਦੇ ਯਾਰ ਕਾਰਾਂ ਦੇ ਯਾਰ, ਉਹਨਾਂ ਆਖਣਿਆ ਸਾਨੂੰ ਇੰਨਾ ਕੁ ਪੰਜਾਬ ਦੇ ਦਿਓ। ਆਹ ਜਿਹੜਾ ਮੋਦੀ ਸਰਕਾਰ ਵਾ, ਪਹਿਲਾਂ 1984 ਦੇ ਵਿੱਚ ਕਾਂਗਰਸ ਨੇ ਦੰਗੇ ਕੀਤੇ, ਬੇਦੋਸ਼ੇ ਬੱਚੇ ਦੇ ਕਿਸਾਨ ਸ਼ਹੀਦ ਕੀਤੇ ਗਏ। ਹੁਣ ਜਿਹੜੀਆਂ ਮੋਦੀ ਦੀਆਂ ਕਰਤੂਤਾਂ ਵਾਂ, ਉੱਥੋਂ ਚਾਰ ਰੱਤੀਆਂ ਉੱਤੋਂ ਦੀ ਹੋ ਗਿਆ। ਇਹ ਨਹੀਂ ਵੇਂਦਾ ਚਾਹੇ ਕੋਈ ਬਜ਼ੁਰਗ ਵਾ, ਚਾਹੇ ਕੋਈ ਬੱਚਾ ਵਾ, ਚਾਹੇ ਕੋਈ ਮਾਤਾ 95 ਸਾਲਾਂ ਦੀ, ਉੱਥੇ ਵੀ ਇੱਕ ਜਿਹੜਾ ਅਸੀਂ ਕੱਟਣਾ ਦੇ ਆ, ਇਹ ਕੱਟਣ ਨਹੀਂ ਖੱਚਰ ਵਾ। ਇਹ ਇਹਨੂੰ ਦੱਸਾਂਗੇ ਵੀ ਜਿਹੜੀ ਸਾਡੀ ਪੰਜਾਬ ਦੀ ਵੰਡ ਵਾ, ਇਹ ਮੋਦੀ ਕਿਉਂ ਸਾਨੂੰ ਖੇੜੂ ਖੇੜੂ ਕਰ ਰਿਹਾ। ਜਿੰਨਾ ਮੋਦੀ ਬੰਦੇ ਦਾ ਪੁੱਤ ਬਣ ਜਾ, ਜੇ ਨਾ ਬੰਦੇ ਦਾ ਪੁੱਤ ਬਣਿਆ, ਤੂੰ ਹੁਣ 2004 'ਚ ਤੁਸੀਂ ਚੌਥੇ ਮਹੀਨੇ ਚੋਣਾਂ ਕਰਾ ਲਈਆਂ ਸੀ, ਹੁਣ ਤੇਰੀ ਨੀਤ ਬਦਲ ਗਈ ਆ। ਭਾਵੇਂ ਵੋਟਾਂ ਪੈਣ ਚਾਹੇ ਨਾ ਪੈਣ, ਤੇਰੀ ਹਿੱਕ ਤੇ ਦੀਵਾ ਬਾਲਿਆ ਦੇ ਬਾਲ ਕੇ ਰਵਾਂਗੇ, ਤੇ ਜਿੰਨਾ ਦੇ ਸਾਡੇ ਪੰਜਾਬ ਦੇ ਮਸਲੇ ਨਾ ਹੱਲ ਹੋਣਗੇ। ਮੋਦੀ ਨੂੰ ਜਿੰਨੇ ਧੌਣ 'ਤੇ ਗੋਡਾ ਰੱਖਿਆ ਨਾ, ਉਹਨਾਂ ਇਹ ਪੰਜਾਬ ਦਾ ਮਸਲਾ ਹੱਲ ਕਰਕੇ ਜਾਵਾਂਗੇ। ਮੈਂ ਨਾ ਕਿਸੇ ਕੋਲ ਡਰਦਾ ਅਤੇ ਨਾ ਡਰਨਾ ਵਾਂ, ਜਿਹੜਾ ਗੱਜਿਆ ਉਹੋ ਹੀ ਰੱਜਿਆ। ਸ਼ੰਭੂ ਧਰਨੇ ਦੇ ਵਿੱਚ ਸਾਨੂੰ ਬਾਪੂ ਜੀ ਮਿਲੇ ਨੇ, ਇੰਨਾ ਕੁ ਜਜ਼ਬਾ, ਪੁੱਛਣ ਦੀ ਗੱਲ ਨਹੀਂ ਹੈ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਜਿਹੜੀ 47 ਦੇ ਵਿੱਚ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਬਣਿਆ, ਉਦੋਂ ਮੈਂ 7 ਸਾਲਾਂ ਦਾ, 84 ਸਾਲ ਉਮਰ ਵਾ। ਮੈਂ ਇਹ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ, ਜੋ ਸਾਡੇ ਪੰਜਾਬ ਦੇ ਲੀਡਰ ਵਾ, ਇਹਨਾਂ ਨੇ ਵੰਡ ਜਿਹੜੀ ਕਾਣੀ, ਜਿਸ ਤਰ੍ਹਾਂ ਪੰਡਿਤ ਜਵਾਹਰ ਲਾਲ ਨੇ ਇਹਨਾਂ ਆਖਿਆ ਹੈ, ਮੰਗ ਲਓ ਜੋ ਕੋ ਮੰਗਣਾ। ਇਹ ਜਿਹੜੇ ਖੁਰਸੀ ਦੇ ਯਾਰ ਝੰਡੀ ਆਪਣੇ ਝੰਡੀਆਂ ਦੇ ਯਾਰ ਕਾਰਾਂ ਦੇ ਯਾਰ, ਉਹਨਾਂ ਆਖਣਿਆ ਸਾਨੂੰ ਇੰਨਾ ਕੁ ਪੰਜਾਬ ਦੇ ਦਿਓ। ਹੁਣ ਉਸ ਤੋਂ ਬਾਅਦ ਕੀ ਹੋਇਆ, ਆਹ ਜਿਹੜਾ ਮੋਦੀ ਸਰਕਾਰ ਵਾ, ਪਹਿਲਾਂ 1984 ਦੇ ਵਿੱਚ ਕਾਂਗਰਸ ਨੇ ਦੰਗੇ ਕੀਤੇ, ਬੇਦੋਸ਼ੇ ਬੱਚੇ ਦੇ ਕਿਸਾਨ ਸ਼ਹੀਦ ਕੀਤੇ ਗਏ। ਹੁਣ ਜਿਹੜੀਆਂ ਮੋਦੀ ਦੀਆਂ ਕਰਤੂਤਾਂ ਵਾਂ, ਉੱਥੋਂ ਚਾਰ ਰੱਤੀਆਂ ਉੱਤੋਂ ਦੀ ਹੋ ਗਿਆ। ਇਹ ਨਹੀਂ ਵੇਂਦਾ ਚਾਹੇ ਕੋਈ ਬਜ਼ੁਰਗ ਵਾ, ਚਾਹੇ ਕੋਈ ਬੱਚਾ ਵਾ, ਚਾਹੇ ਕੋਈ ਮਾਤਾ 95 ਸਾਲਾਂ ਦੀ, ਉੱਥੇ ਵੀ ਇੱਕ ਜਿਹੜਾ ਅਸੀਂ ਕੱਟਣਾ ਦੇ ਆ, ਇਹ ਕੱਟਣ ਨਹੀਂ ਖੱਚਰ ਵਾ। ਇਹ ਇਹਨੂੰ ਦੱਸਾਂਗੇ ਵੀ ਜਿਹੜੀ ਸਾਡੀ ਪੰਜਾਬ ਦੀ ਵੰਡ ਵਾ, ਇਹ ਮੋਦੀ ਕਿਉਂ ਸਾਨੂੰ ਖੇੜੂ ਖੇੜੂ ਕਰ ਰਿਹਾ। ਇਹ ਜਿਹੜੇ ਸਾਡੇ ਆਪਣੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਾ ਵਾ, ਆਪਣੀਆਂ ਵੋਟਾਂ ਦੀ ਖਾਤਰ ਹਿੰਦੂ ਤਬਕਾ ਜਿਹੜਾ ਜੰਮੂ ਕਸ਼ਮੀਰ ਨਾਲ ਲਾ ਰਿਹਾ ਵਾ, ਅਤੇ ਜਿਹੜਾ ਪੰਜਾਬ ਦਾ ਟੋਟਾ ਵਾ, ਸਿਰਫ ਰਹਿ ਗਿਆ ਬਿਆਸ ਅਤੇ ਆਪਣਾ ਫਿਰੋਜ਼ਪੁਰ, ਚਾਹੇ ਤਰਨ ਤਾਰਨ, ਚਾਹੇ ਜਿਹੜੀ ਸਾਬੋ ਕੀ ਤਲਵੰਡੀ ਆ, ਬਠਿੰਡਾ ਵਾ, ਉਹ ਹਰਿਆਣੇ ਨੂੰ ਥਾਪ ਦੇਣੀ ਆ। ਅਸੀਂ ਪਰ ਜ਼ੋਰ ਨਾ ਕਹਿੰਦੇ ਹਾਂ, ਜਿੰਨਾ ਮੋਦੀ ਬੰਦੇ ਦਾ ਪੁੱਤ ਬਣ ਜਾ, ਜੇ ਨਾ ਬੰਦੇ ਦਾ ਪੁੱਤ ਬਣਿਆ, ਤੂੰ ਹੁਣ 2004 'ਚ ਤੁਸੀਂ ਚੌਥੇ ਮਹੀਨੇ ਚੋਣਾਂ ਕਰਾ ਲਈਆਂ ਸੀ, ਹੁਣ ਤੇਰੀ ਨੀਤ ਬਦਲ ਗਈ ਆ। ਤੂੰ ਪੰਚਾਇਤਾਂ ਦੀਆਂ ਚੋਣਾਂ ਗੇਤੀਆਂ ਲਿਆਂਦੀਆਂ ਵਾਂ, ਅਤੇ ਤੂੰ 8ਵੇਂ ਮਹੀਨੇ ਭਾਦੋਂ ਦੇ ਮਹੀਨੇ ਚੋਣ ਕਰਾਉਣੀ ਆ। ਕਿਉਂ ਲਿਆਉਂਦੀ ਆ? ਕਿਸਾਨ ਸਰਪੰਚਾਂ ਮਗਰ ਨੱਠ ਜਾਣ,
ਭਾਵੇਂ ਵੋਟਾਂ ਪੈਣ ਚਾਹੇ ਨਾ ਪੈਣ, ਤੇਰੀ ਹਿੱਖ ਅਤੇ ਦੀਵਾ ਬਾਲਿਆ ਦੇ ਬਾਲ ਕੇ ਰਹਾਂਗੇ, ਅਤੇ ਜਿੰਨਾ ਚਿਰ ਸਾਡੇ ਪੰਜਾਬ ਦੇ ਮਸਲੇ ਨਾ ਹੱਲ ਹੋਣਗੇ ਉਨਾ ਚਿਰ ਅਸੀਂ ਨਾ ਝੰਡਾ ਅਤੇ ਨਾ ਡੰਡਾ ਖਤਮ ਹੋਣਾ। ਤੈਨੂੰ ਕੇਟਲੀ ਫੜਾਵਾਂਗੇ ਅਤੇ ਬੰਦੇ ਦਾ ਪੁੱਤ ਬਣਾਵਾਂਗੇ। ਦਾਸ ਦਾ ਨਗਰ ਪਿੰਡ ਧੀਰਵਾਲ ਮਾੜੀ ਪਨਵਾ ਜ਼ਿਲ੍ਹਾ ਗੁਰਦਾਸਪੁਰ, ਜਿਹੜੀ ਸਾਡੀ ਪੰਜਾਬ ਪੁਲਿਸ ਵਾ, ਉਹਨਾਂ ਨੂੰ ਵੀ ਅਸੀਂ ਸ਼ਹਿਦ ਕਰਨਾ ਚਾਹੁੰਦੇ ਹਾਂ। ਤੁਸੀਂ ਸਾਡੇ ਵੀਰ ਭਰਾ ਵਾ, ਲੰਗਰ ਤੁਸੀਂ ਸਾਡਾ ਹੀ ਖਾਂਦੇ ਹਾਂ, ਤੁਹਾਡਾ ਹੀ ਪੱਕਾ ਵਾ। ਪਰ ਇੱਕ ਮਹਿਸੂਸ ਦੀ ਗੱਲ ਵਾ, ਜਿਹੜੇ ਬਾਰਡਰ 'ਤੇ ਪੰਜਾਬ ਪੁਲਿਸ ਨੇ ਸਾਡਾ ਵੀਰ ਨੌਜਵਾਨ ਜਿਹੜਾ ਖੋ ਲਿਆ ਵਾ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਡੇ 'ਤੇ ਡਾਂਗਾ ਤੁਸੀਂ ਨਾ ਵਰਾਓ। ਹਰਿਆਣੇ ਦੀ ਸਰਕਾਰ ਜਿੰਨੀ ਮਰਜ਼ੀ ਵਰਾਵੇ, ਇੱਥੇ ਬਸ ਨਹੀਂ। ਆ ਜਿਹੜੇ ਸਾਡੇ ਵੀਰ CID ਵਾਲੇ ਆ, ਇਹ ਰਿਪੋਰਟ ਦੇਣ ਵੀ ਆਹ ਕੋ ਪੰਜਾਬ 'ਚ ਹੋ ਰਿਹਾ ਵਾ। ਇਹ ਜਿਹੜਾ ਤੜਫੂ ਆ, ਜਿਹੜੀ ਲਾਲ ਹਨੇਰੀ ਚੜ੍ਹੀ ਆ, ਇਹ ਜਿੰਨਾ ਚਿਰ ਇਹ ਮਸਲੇ ਪੰਜਾਬ ਦੇ ਹੱਲ ਨਹੀਂ ਹੁੰਦੇ, ਉਹਨਾਂ ਦੇ ਲਾਲ ਹਨੇਰੀ ਨਾ ਚੜ੍ਹੀ ਰਹੂਗੀ, ਨਾ ਥੱਲੇ ਜਾਊਗੀ, ਅਤੇ ਨਾ ਮੋਦੀ ਨੂੰ ਜਿੰਨੇ ਧੌਣ 'ਤੇ ਗੋਡਾ ਰੱਖਿਆ ਨਾ ਉਹਨਾਂ ਨੇ ਪੰਜਾਬ ਦਾ ਮਸਲਾ ਹੱਲ ਕਰਕੇ ਜਾਵਾਂਗੇ। ਦੱਸਦਾ ਪਿੰਡ ਨਾ ਗੁਰਦੀਪ ਸਿੰਘ ਪੰਨੂ, ਮੈਂ ਨਾ ਕਿਸੇ ਕੋਲ ਡਰਦਾ ਅਤੇ ਨਾ ਡਰਨਾ ਵਾਂ। ਜਿਹੜਾ ਗੱਜਿਆ ਉਹ ਹੀ ਰੱਜਿਆ, ਕਿਉਂ ਇਹ ਜਿਹੜੀ ਮਾੜੀ ਮੋਟੀ ਗੱਲ ਨਹੀਂ ਸਟੇਜ 'ਤੇ ਬੋਲਣਾ ਚਾਹੇ ਵੀ ਆਪਣੇ ਇਹਨਾਂ ਨੂੰ ਦੇਣਾ ਵਾ ਵੀਡੀਓ ਵਾਲਿਆਂ ਨੂੰ। ਇਹੋ ਬੇਨਤੀ ਕਰਦਾ ਜਿਹੜਾ ਮੇਰਾ ਵੀਰ ਸਾਡਾ 250-300 ਆਪਣੇ ਬੱਚਾ ਵਾ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਨੇ ਸਾਡੀ ਬਾਹਾਂ ਨੇ, ਅਸੀਂ ਫਿਰ ਵੀ ਘਰ ਦੇ ਡੱਕਦੇ ਆ ਆਉਂਦਾ। ਅਸੀਂ ਆਖਿਆ ਮੈਨੂੰ ਮਰ ਜਾਣਾ ਚੰਗਾ ਵਾ, ਅਸੀਂ ਬਾਰਡਰ 'ਤੇ ਜਾਣਾ ਹੀ ਜਾਣਾ ਵਾ। ਵਾਹਿਗੁਰੂ ਜੀ ਕੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਜਾਂਦੇ ਜਾਂਦੇ ਨੌਜਵਾਨਾਂ ਨੂੰ ਸੁਨੇਹਾ ਦਿਓ, ਨੌਜਵਾਨਾਂ ਨੂੰ। ਹਾਂ, ਮੈਂ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦਾ, ਉਹ ਮੇਰੇ ਵੀਰੋ, ਪਿੰਡ 'ਚ ਤਾਸਾ ਨਾ ਖੇਲੋ, ਤੁਸੀਂ ਤਮਾਹਾ ਨਾਲ ਸਾਡਾ ਵੇਖੋ। ਜਿਤਨਾ ਦਿੱਲੀ ਦੇ ਵਿੱਚ ਸਾਡਾ ਇੱਕ ਸੱਟਣ ਜਿਹੜਾ ਰਾਜਿਆ ਸੀ, ਇਹ ਮੋਦੀ ਦਾ ਚਮਚਾ ਬਣ ਗਿਆ। ਇਹ ਵੋਟਾਂ ਦੀ ਖਾਤਰ ਇਹਨਾਂ ਸਮਝੌਤਾ ਕੀਤਾ। ਅਸੀਂ ਇਹ ਵੀਰਾਂ ਨੂੰ ਆਉਂਦੇ ਹਾਂ, ਤੁਸੀਂ ਵਧਾਈਆਂ ਦੇਣੀਆਂ ਵਾ ਅਤੇ ਅਸੀਂ ਤੁਹਾਨੂੰ ਲਾਨਤਾਂ ਪਾਉਣੀਆਂ ਵਾ। ਜਿਹੜੇ ਇੱਕ ਇੱਕ ਪਿੰਡ 'ਚੋਂ ਬਹੁਤੇ ਨਹੀਂ, 7-7 ਬੰਦੇ ਆਓ ਅਤੇ ਬੀਬੀਆਂ ਵੀ ਆਉਣ ਅਤੇ ਮੋਦੀ ਦੀ ਹਿੱਖ 'ਤੇ ਦੀਆ ਬਾਲ ਕੇ ਤੁਸੀਂ ਅਸੀਂ ਪਿੱਟੀਏ, ਤੁਸੀਂ ਆਪਣੇ ਅਸੀਂ ਫੇਸਾ ਸੁੱਖ ਦਾ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।